ਨਵਜੋਤ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤੀਜਾ ਸੁਰਜੀਤ ਸਿੰਘ ਕੋਹਲੀ ਯਾਦਗਾਰੀ ਵਾਲੀਬਾਲ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਵੱਖ ਵੱਖ ਸੱਤ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ 'ਚ ਹਿੱਸਾ ਲਿਆ। ਮੈਨੇਜਰ JS ਕੋਹਲੀ, ਪ੍ਰਿੰਸੀਪਲ S ਮੱਕੜ, ਕਮਲਜੋਤ ਸਿੰਘ ਅਤੇ ਅਮਨਜੀਤ ਕੋਹਲੀ ਸਟਾਫ ਦੇ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ। ਨਵਜੋਤ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਹਰ ਸਾਲ ਸਰਦਾਰ ਸੁਰਜੀਤ ਸਿੰਘ ਕੋਹਲੀ ਮੈਮੋਰੀਅਲ ਇੰਟਰ ਸਕੂਲ ਵਾਲੀਬਾਲ ਟੂਰਨਾਮੈਂਟ ਕਰਾਇਆ ਜਾਂਦਾ ਹੈ। ਇਸ ਸਾਲ 7 ਟੀਮਾਂ ਨੇ ਇਹਦੇ ਵਿੱਚ ਹਿੱਸਾ ਲਿਆ। ਅਸੀਂ ਇਹਦੇ ਵਿੱਚ ਫਸਟ ਜਿਹੜੀ ਆਈ ਹੈ ਉਹ DAV ਸਕੂਲ ਦੀ ਟੀਮ ਆਈ ਹੈ, ਸੈਕਿੰਡ ਖਾਲਸਾ ਕਾਲਜ ਅਤੇ ਥਰਡ ਨਵਜੋਤ ਸਕੂਲ ਦੀ ਟੀਮ ਆਈ ਹੈ। ਅਸੀਂ ਉਪਰਾਲਾ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਟੀਮਾਂ ਇਹਦੇ ਵਿੱਚ ਸ਼ਹਿਰ ਦੀਆਂ ਸ਼ਾਮਿਲ ਹੋਣ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਗੇਮਾਂ ਵੱਲ ਮੋੜਿਆ ਜਾਵੇ।